ਪਹਿਲੀ ਵਾਰੀ ਆਪਣਾ ਟੂਰਨਾਮੈਂਟ ਹੋਇਆ ਗੁਰਦੁਆਰਾ ਸਾਹਿਬ 'ਤੇ, ਜੇ ਅਸੀਂ ਇਹੀ ਕਹੀਏ ਤਾਂ ਟੂਰਨਾਮੈਂਟ ਸਕਸੈਸਫੁਲ ਸੀਗਾ ਅਤੇ ਗਲਤ ਗੱਲ ਆ, ਪਰ ਸਾਨੂੰ ਜੋ ਸੰਗਤਾਂ ਦੇ ਕੋਲੋਂ ਆਵਾਜ਼ ਮਿਲ ਰਹੀ ਸੀ ਕਿ ਬਹੁਤ ਹੀ ਵਧੀਆ ਢੰਗ ਤਰੀਕੇ ਨਾਲ ਟੂਰਨਾਮੈਂਟ ਕੀਤਾ ਗਿਆ, ਸੋ ਅਸੀਂ ਜਿਹੜਾ ਕਿ ਸਿਹਰਾ ਸਾਡੇ ਸਿਰ 'ਤੇ ਨਹੀਂ ਜਾਂਦਾ, ਸਿਰਾ ਫਿਰ ਸੰਗਤਾਂ ਦੇ ਸਿਰ 'ਤੇ ਹੀ ਜਾਂਦਾ ਹੈ, ਸੇਵਾਦਾਰਾਂ ਦੇ ਸਿਰ 'ਤੇ ਜਾਂਦਾ, ਸਾਰੀਆਂ ਜਿਹੜੀਆਂ ਆਪਣੇ ਵਾਲੰਟੀਅਰ ਸੀਗੇ ਅਤੇ ਆਪਣੇ ਬਿਜ਼ਨਸ ਵੀਰ ਸੀਗੇ, ਜਿਹਨਾਂ ਜਿਹਨਾਂ ਵੀ ਆਪਣੇ ਤੌਰ 'ਤੇ ਜਿਹੜੇ ਸੇਵਾ ਨਿਭਾਈ ਉਹਨਾਂ ਸਾਰਿਆਂ ਦੇ ਸਿਰ 'ਤੇ ਸਿੱਧਾ ਜਾਂਦਾ, ਅਤੇ ਜਿਹੜੇ ਪਲੇਅਰ ਆਏ ਆ, ਟੀਮਾਂ ਆਈਆਂ, ਕਬੱਡੀ ਦੀਆਂ, ਰੈਸਲਿੰਗ ਦੀਆਂ, ਵਾਲੀਬਾਲ ਦੀਆਂ, ਬਾਸਕਟਬਾਲ ਦੀਆਂ, ਦੂਜੇ ਆਪਣੇ ਜਿੰਨੀਆਂ ਖੇਡਾਂ ਹੋਈਆਂ ਆਪਣੇ ਇੱਥੇ ਜਿੰਨੀਆਂ ਵਿੱਚ ਆਏ ਆ, ਉਹਨਾਂ ਸਾਰਿਆਂ ਨੇ ਆਪਣਾ ਜਿਹੜਾ ਨਾ ਕਿ ਪੂਰਨ ਤੌਰ 'ਤੇ ਸਹਿਯੋਗ ਦਿੱਤਾ ਅਤੇ ਵਧੀਆ ਢੰਗ ਤਰੀਕੇ ਨਾਲ ਨਿਭਾਇਆ, ਸੋ ਸਿਹਰਾ ਸਾਰਿਆਂ ਸਿਰ 'ਤੇ ਜਾਂਦਾ, ਅਤੇ ਬਾਕੀ ਜਦੋਂ ਕਰਾਉਂਦਾ ਆਪਣਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਿਰ 'ਤੇ ਹੱਥ ਰੱਖ ਕੇ ਕਰਾਉਣ ਅਤੇ ਆਪਣੇ ਆਪ ਹੀ ਸਾਰੇ ਪ੍ਰੋਗਰਾਮ ਹੋ ਜਾਂਦੇ ਆ, ਸੋ ਬਹੁਤ ਬਹੁਤ ਧੰਨਵਾਦ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ। ਮੁਕਾਬਲੇ ਬੜੇ ਜ਼ਬਰਦਸਤ ਮੁਕਾਬਲੇ ਸੀਗੇ, ਸੰਗਤਾਂ ਨੇ ਬੜਾ ਦੇਖਿਆ ਕਿ ਆਪਣਾ ਕਬੱਡੀ ਦੀਆਂ ਟੀਮਾਂ ਜਿਹੜੀਆਂ ਸੀਗੀਆਂ ਬੜੀਆਂ ਐਂਡ ਤੱਕ ਨਾ ਕਿ ਥੋੜ੍ਹੇ ਥੋੜ੍ਹੇ ਪੁਆਇੰਟ 'ਤੇ ਜਿੱਤੀਆਂ ਰਹੀਆਂ। ਦੂਸਰੇ ਪਾਸੇ ਇੱਕ ਵਾਲੀਬਾਲ ਦਾ ਟੂਰਨਾਮੈਂਟ ਚੱਲਿਆ ਸੀਗਾ, ਉਹਦੇ ਵਿੱਚ ਵੀ ਟੀਮਾਂ ਬੜੀ ਦੂਰ ਦੂਰ ਆਈਆਂ ਸੀਗੀਆਂ, ਉਹਨਾਂ ਨੇ ਬੜਾ ਇੰਜੋਏ ਕੀਤਾ ਅਤੇ ਉਹਨਾਂ ਦੇ ਵੀ ਇਸ ਤਰ੍ਹਾਂ ਮੁਕਾਬਲੇ ਰਾਤ ਤੱਕ ਚੱਲਦੇ ਰਹੇ, ਅਤੇ ਰੈਸਲਿੰਗ ਦੇ ਵਿੱਚ ਮੁਕਾਬਲੇ ਸੀਗੇ ਆਪਣੇ ਉਹ ਨੌਜਵਾਨ ਜਿਹੜੇ ਆਪਣੇ ਇਸ ਵੇਲੇ ਓਲੰਪਿਕ ਤੱਕ ਜਾ ਕੇ ਆਪਣੇ ਆਪ ਨੂੰ ਜਾ ਕੇ ਪ੍ਰਗਟ ਕਰਕੇ ਆਏ ਆ, ਉਹ ਵੇਟ ਲਿਫਟਿੰਗ ਵਾਲੇ ਨੌਜਵਾਨ ਬੱਚੀਆਂ ਸੀਗੀਆਂ ਸਾਡੀਆਂ, ਸੋ ਉਹਨਾਂ ਨੂੰ ਸਾਰਿਆਂ ਨੂੰ ਇੱਥੇ ਆ ਕੇ ਸਨਮਾਨ ਵੀ ਕੀਤਾ ਗਿਆ ਗੁਰਦੁਆਰਾ ਸਾਹਿਬ ਪਹਿਲਾਂ ਜਦੋਂ ਗਏ ਵੀ ਆ, ਅਤੇ ਅੱਜ ਵੀ ਜਿਹੜੇ ਹੈਗੇ ਪਲੇਅਰ ਪੁਰਾਣੇ ਪਲੇਅਰਾਂ ਵੀ ਸਨਮਾਨ ਕੀਤਾ ਗਿਆ, ਸੋ ਇਸ ਕਰਕੇ ਨਾ ਕਿ ਕਾਫੀ ਜਿਹੜਾ ਕਿ ਅਖੀਰਲੇ ਸਮੇਂ ਤੱਕ ਜਿਹੜੇ ਨਾ ਕਾਫੀ ਮੁਕਾਬਲੇ ਵਧੀਆ ਹੁੰਦੇ ਰਹੇ। ਨਵੀਂ ਜਿਹੜੀ ਆ ਪੇਸ਼ਕਸ਼ ਅਸੀਂ ਇਸ ਟੂਰਨਾਮੈਂਟ ਵਿੱਚ ਕੀਤੀ ਸੀਗੀ ਜੋ ਸ਼ਾਸਤਰ ਵਿੱਦਿਆ ਦੀ ਸੀ ਗੱਤਕੇ ਦੀ, ਉਹਦੇ ਵਿੱਚ ਸਾਨੂੰ ਪਤਾ ਸੀ ਪਹਿਲੇ ਦਿਨ ਅਸੀਂ ਦੱਸਿਆ ਸੀਗਾ ਧਰਮ ਆ, ਐਜੂਕੇਸ਼ਨ ਆ ਅਤੇ ਸਪੋਰਟਸ ਆ ਜਿਹੜੇ ਸਾਡੇ ਬੱਚੇ ਨੂੰ ਬਚਾ ਸਕਦੀ ਆ, ਅਤੇ ਸ਼ਾਸਤਰ ਵਿੱਦਿਆ ਜਿਹੜੀ ਹੈ ਕਿ ਸਾਡੀ ਪੁਰਾਤਨ ਸਾਡੇ ਨਾਲ ਚੱਲਦੀ ਆ ਰਹੀ ਹੈ, ਕਿਉਂਕਿ ਇਸ ਆਪਣਾ ਸੰਤ ਸਿਪਾਹੀ ਦਾ ਸਾਨੂੰ ਜਿਹੜਾ ਮਹਾਰਾਜ ਨੇ ਸਰੂਪ ਦਿੱਤਾ ਆ, ਇਹਦੇ ਵਿੱਚ ਸਾਨੂੰ ਉਹਨਾਂ ਕਿ ਪ੍ਰਦਰਸ਼ਨੀ ਕਰਨ ਦਾ ਮੌਕਾ ਮਿਲਿਆ। ਆਪਣਾ ਇਤਿਹਾਸ ਭੁੱਲ ਜਾਂਦੇ ਹਾਂ ਕਈ ਵਾਰੀ, ਤਾਂ ਜਾਂ ਇਸੇ ਤਰ੍ਹਾਂ ਜਿੱਦਾਂ ਪੁਰਾਤਨ ਜਿਹੜੇ ਪਲੇਅਰ ਆ, ਹੁਣ ਇਹ ਨੌਜਵਾਨ ਅੱਜ ਖੇਡ ਰਹੇ ਆ, ਇੱਕ ਦਿਨ ਇਹਨਾਂ ਵੀ ਬਜ਼ੁਰਗ ਹੋਣਾ, ਅਤੇ ਜਿਹੜੀ ਇਹਨਾਂ ਦੀ ਖੇਡ ਆ ਜਿਹੜੇ ਹਨ ਉੱਚ ਕੋਟੀ ਦੇ ਮਾਲਾਂ ਮਾਰਦੇ ਆ, ਜੇ ਆਪਾਂ ਉਹਨੂੰ ਭੁੱਲ ਜਾਈਏ ਤਾਂ ਅਸੀਂ ਅਗਾਂਹ ਵਾਲੀ ਪੀੜ੍ਹੀ ਨੂੰ ਕਿੱਦਾਂ ਪ੍ਰੇਰਿਤ ਕਰਾਂਗੇ ਕਿ ਅਸੀਂ ਪਿਛਲੇ ਜਿਹੜੇ ਪਲੇਅਰ ਨੂੰ ਭੁੱਲ ਜਾਈਦਾ ਨਹੀਂ, ਸੋ ਅੱਜ ਸਾਡਾ ਕੋਈ ਯਤਨ ਸੀਗਾ ਕਿ ਜਿਹੜੇ ਪਿਛਲੇ ਪਲੇਅਰਾਂ ਨੂੰ ਵੀ ਮੁੜ ਕੇ ਨਾ ਯਾਦ ਕਰੀਏ, ਜਿਹੜੇ ਕਿ ਪਿਛਲੇ ਸਮੇਂ ਵਿੱਚ ਉਹ ਮੱਲਾਂ ਮਾਰਦ ਰਹੇ ਅਤੇ ਇਸੇ ਤਰ੍ਹਾਂ ਸੰਗਤਾਂ ਨੂੰ ਜਿਹੜੇ ਨਿਹਾਲ ਕਰਦੇ ਰਹੇ, ਸੋ ਅੱਜ ਉਹਨਾਂ ਨੂੰ ਸਾਰਿਆਂ ਨੂੰ ਰੈਕਗਨਾਈਜ਼ ਕੀਤਾ ਅਤੇ ਸਾਰੇ ਪਲੇਅਰਾਂ ਨੂੰ ਅੱਜ ਨਾ ਬੜੇ ਉਹਨਾਂ ਨੇ ਖੁਸ਼ੀ ਦੇ ਨਾਲ ਜਿਹੜੇ ਉਹ ਸਨਮਾਨ ਲਏ ਵੀ ਆ। ਮੈਂ ਆਪਣੇ ਸਾਰੇ ਖਿਡਾਰੀ ਵੀਰਾਂ ਵੱਲੋਂ ਸਮੂਹ ਗੁਰਦੁਆਰਾ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਅੱਜ ਇਹ ਮਾਣ ਦਿੱਤਾ। ਇਹ ਪਹਿਲੀ ਵਾਰੀ ਹੋਇਆ, 35 ਸਾਲ ਹੋ ਗਏ ਅਤੇ ਸਾਨੂੰ ਆਇਆਂ ਨੇ, ਇਹ ਪਹਿਲੀ ਵਾਰੀ ਹੋਇਆ, ਔਰ ਮੈਂ ਲੋਕਾਂ ਨੂੰ ਅਪੀਲ ਕਰਦਾ ਜੇ ਕੋਈ ਚੰਗਾ ਕੰਮ ਕਰਦਾ ਡਟ ਕੇ ਸਾਥ ਦਿਓ, ਉਹਨਾਂ ਨੂੰ ਸ਼ਾਬਾਸ਼ ਦਿਓ, ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਕਿਉਂਕਿ ਕੇਸ ਗੁਰੂ ਦੇ ਮੋਹਰ ਆ, ਅਤੇ ਸਾਡਾ ਮਨ ਵਿੱਚ ਸੀਗਾ ਕਿ ਵਾਕਈ ਸਿੱਖ ਦੀ ਪਛਾਣ ਕੇਸ ਆ, ਅਤੇ ਅੱਜ ਜਿਹੜੇ ਨੌਜਵਾਨਾਂ ਨੇ ਕੇਸਾਂ ਦੇ ਨਾਲ ਜਿਹੜੀ ਗੇਮਾਂ ਖੇਡੀਆਂ ਉਹਨਾਂ ਨੂੰ ਸਨਮਾਨ ਕਰਨਾ ਸਾਡਾ ਫਰਜ਼ ਬਣਦਾ ਸੀਗਾ, ਅਤੇ ਜੋ ਉਹਨਾਂ ਨੂੰ ਕੀਤਾ ਵੀ ਇਹਦੇ ਨਾਲ ਸਾਨੂੰ ਮਨ ਵਿੱਚ ਇਹ ਹੈਗਾ ਕਿ ਕੱਲ੍ਹ ਨੂੰ ਸਾਡੇ ਹੋਰ ਵੀ ਨੌਜਵਾਨ ਵੀਰ ਆ ਉਹ ਉਤਸ਼ਾਹਿਤ ਹੋਣ ਕਿ ਕੇਸਾਂ ਧਾਰੀ ਹੋ ਕੇ ਆਪਣੇ ਜਿਹੜੇ ਹੈਗੇ ਖੇਡਾਂ ਜਿਹੜੀਆਂ ਵੀ ਖੇਡਣ, ਕਿ ਸਾਡਾ ਜਿਹੜਾ ਸਰੂਪ ਅਸਲੀ ਹੈਗਾ ਉਹਨੂੰ ਮੁੜ ਕੇ ਆਪਾਂ ਪਛਾਣੀਏ ਅਤੇ ਉਹਦੇ ਵਿੱਚ ਮੁੜ ਕੇ ਆਪਾਂ ਸਾਰੇ ਬਰਕਰਾਰ ਹੋਈਏ।